ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਪਿਤਾ ਦੇ ਬਣਾਈ ਹੋਈ ਇਸ ਕੌਮ ਦੇ ਘੋੜੇ ਤੰਬਾਕੂ ਦੇ ਖੇਤਾਂ ਵਿੱਚ ਜਾਣ ਨੂੰ ਮਨਾ ਕਰ ਦਿੰਦੇ ਸਨ। ਅੱਜ ਅਸੀਂ ਉਸ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਭੁੱਲ ਕੇ ਉਸ ਘੋੜਿਆਂ ਦੇ ਪੈਰਾਂ ਦੀ ਮਿੱਟੀ ਜੋਗੇ ਵੀ ਨਹੀਂ ਰਹੇ ਕਿ ਆਪਣੇ ਗੁਰੂ ਪਿਤਾ ਦਸਮ ਪਿਤਾ ਦੀ ਬਣਾਈ ਹੋਈ ਇਸ ਕੌਮ ਨੂੰ ਸੌਂਪੇ ਹੋਏ ਗੁਰਦੁਆਰੇ, ਧਾਰਮਿਕ ਸਥਾਨਾਂ ਦੇ ਮੁਲਾਜ਼ਮ, ਸੋ ਕਾਲਡ ਪੇਡ ਮੁਲਾਜ਼ਮ, ਸੋ ਕਾਲਡ ਪ੍ਰਬੰਧਕ ਨਸ਼ਿਆਂ ਵਿੱਚ ਗ੍ਰਸਤ ਨੇ, ਸਿਗਰਟਾਂ ਪੀਂਦੇ ਨੇ, ਸਿਗਰਟ ਪੀ ਕੇ ਪਗੜੀ ਦੀ ਸ਼ਾਨ ਨੂੰ ਕਿੱਥੇ ਲੈ ਕੇ ਜਾ ਰਹੇ ਨੇ ਇਹ ਦੱਸਣ ਦੀ ਲੋੜ ਨਹੀਂ। ਅਸੀਂ ਫਿਲਮਾਂ 'ਤੇ ਪ੍ਰੋਟੈਸਟ ਕਰਦੇ ਹਾਂ, ਅਸੀਂ ਮਨਮਰਜ਼ੀਆਂ 'ਤੇ ਪ੍ਰੋਟੈਸਟ ਕਰਦੇ ਹਾਂ ਔਰ ਆਪਣੀ ਮਨਮਰਜ਼ੀਆਂ ਅਸੀਂ ਲਾਗੂ ਕਰਦੇ ਹਾਂ ਗੁਰੂ ਸਾਹਿਬ ਦੇ ਗੁਰੂ ਘਰਾਂ 'ਤੇ। ਇਹ ਕਿਸੇ ਦੀ ਪਰਸਨਲ ਜਾਇਦਾਦ ਨਹੀਂ, ਇਹ ਦਸਮ ਪਿਤਾ ਦਾ ਘਰ ਹੈ ਔਰ ਹਰ ਇੱਕ ਸ਼ਖਸ, ਹਰ ਇੱਕ ਸਿੱਖ ਜਿਵੇਂ ਆਪਣੇ ਘਰ ਵਿੱਚ ਚੋਰੀ ਨਹੀਂ ਹੋਣ ਦਿੰਦਾ, ਤਾੜਨ ਰੱਖਦਾ, ਕਿ ਅਸੀਂ ਆਪਣੇ ਪਿਤਾ ਦੇ ਘਰ ਤਾੜਨ ਨਹੀਂ ਰੱਖਾਂਗੇ, ਕਿ ਸਾਡੇ ਸੋ ਕਾਲਡ ਜਥੇਦਾਰ, ਸੋ ਕਾਲਡ ਪ੍ਰਬੰਧਕ, ਸੋ ਕਾਲਡ ਕਮੇਟੀ ਦੇ ਅਹੁਦੇਦਾਰ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਸੋ ਕਾਲਡ ਪੇਡ ਸੇਵਾਦਾਰ ਨਸ਼ਿਆਂ ਨਾਲ ਗ੍ਰਸਤ ਨੇ, ਔਰ ਜੇ ਨਹੀਂ ਨੇ ਤਾਂ ਬੜੀ ਖੁਸ਼ੀ ਦੀ ਗੱਲ ਹੈ। ਔਰ ਜਿਹੜਾ ਆਦਮੀ ਚੋਰ ਨਹੀਂ ਹੁੰਦਾ ਉਹ ਡਰਦਾ ਨਹੀਂ। ਜੇ ਤੁਸੀਂ ਨਸ਼ਾ ਨਹੀਂ ਕਰਦੇ ਤਾਂ ਖੁੱਲ੍ਹ ਕੇ ਸਾਹਮਣੇ ਆਓ, ਆਪਣਾ ਡੋਪ ਟੈਸਟ ਕਰਾਓ, ਆਪਣਾ ਟਬੈਕੋ ਟੈਸਟ ਕਰਾਓ, ਆਪਣਾ ਲਿਕਰ ਟੈਸਟ ਕਰਾਓ। ਆਪਾਂ ਕਿਉਂ ਡਰੀਏ ਜੇ ਆਪਾਂ ਕੁਛ ਗਲਤ ਨਹੀਂ ਕੀਤਾ? ਔਰ ਜੇ ਗਲਤ ਕੀਤਾ ਤਾਂ ਦਸਮ ਪਿਤਾ ਦੇ ਸਿੰਘੋ, ਇਹ ਟਾਈਮ ਆ ਗਿਆ ਫਿਜ਼ੀਕਲ ਔਰ ਸਪਿਰਚੁਅਲ ਮੋਰੈਲਿਟੀ ਨੂੰ ਮੁੱਖ ਰੱਖਦਿਆਂ ਆਪਣੇ ਗੁਰੂ ਘਰਾਂ ਵਿੱਚ ਸਫਾਈ ਦੀ ਲੋੜ ਹੈ। ਕਿਸ ਸ਼ਕਲ, ਕਿਸ ਮੂੰਹ ਨਾਲ ਤੁਸੀਂ 84 ਦੇ ਐਂਟੀ ਸਿੱਖ ਜੈਨੋਸਾਈਡ ਦੀਆਂ ਗੱਲਾਂ ਕਰਦੇ ਹੋ? ਤੁਸੀਂ ਕਿਸ ਮੂੰਹ ਨਾਲ ਬਰਗਾੜੀ ਦੀਆਂ ਗੱਲਾਂ ਕਰਦੇ ਹੋ? ਤੁਸੀਂ ਕਿਸ ਮੂੰਹ ਨਾਲ ਸਿੱਕਿਮ ਦੇ ਗੁਰੂ ਘਰ ਦੇ ਢਾਣ ਦੀ ਗੱਲਾਂ ਕਰਦੇ ਹੋ? ਤੁਸੀਂ ਕਿਸ ਮੂੰਹ ਨਾਲ ਹਰਿਦੁਆਰ, ਹਰਦੀ ਪੌੜੀ ਦੇ ਗੁਰੂ ਸਾਹਿਬ ਦੇ ਗੁਰਦੁਆਰੇ ਢਾਣ ਦੀ ਗੱਲ ਕਰਦੇ ਹੋ? ਜਾਂ ਤੁਹਾਡੇ ਆਪਣੇ ਘਰਾਂ 'ਚ, ਤੁਹਾਡੀ ਨੱਕ ਦੇ ਥੱਲੇ ਤੁਹਾਡੇ ਸੋ ਕਾਲਡ ਇੰਪਲੋਈਜ਼ ਸਿਗਰਟਾਂ ਪੀਂਦੇ ਨੇ? ਅੱਜ ਮੋਰਲੀ ਔਰ ਸਪਿਰਚੁਅਲੀ ਸਾਡੀ ਕੌਮ ਨੂੰ ਜਿਹੜੀ ਢਾਹ 33 ਸਾਲ ਪਹਿਲੇ ਲੱਗੀ ਸੀ ਉਹਦਾ ਰਿਜ਼ਲਟ ਸਾਹਮਣੇ ਆ ਰਿਹਾ। ਮੇਰੀ ਆਪ ਸਭ ਅੱਗੇ ਰਿਕੁਐਸਟ ਹੈ, ਇਹ ਫੋਟੋਆਂ ਵਿੱਚ ਰਹਿ ਜਾਂਗੇ ਅਸੀਂ, ਇੱਕ ਇਨਸਾਨ ਦੀ ਔਕਾਤ ਸਿਰਫ 3100 ਰੁਪਏ ਹੈਗੀ ਹੈ ਉਹਦੇ ਸ਼ਮਸ਼ਾਨ 'ਤੇ ਪਹੁੰਚਣ ਤੋਂ ਬਾਅਦ। ਕੁਛ ਨਾਲ ਨਹੀਂ ਜਾਣਾ ਜੇ ਆਪਣੇ ਪਿਓ ਦਾ, ਆਪਣੇ ਪਿਤਾ ਦਾ, ਦਸਮ ਪਿਤਾ ਦਾ ਅਸੀਂ ਘਰ ਨਹੀਂ ਬਚਾ ਸਕੇ। ਹੱਥ ਜੋੜ ਕੇ ਅਪੀਲ ਹੈ, ਰਿਕੁਐਸਟ ਹੈ, ਬੇਨਤੀ ਹੈ, ਆਪਣੇ ਘਰ ਬਚਾਈਏ ਔਰ ਗੁਰੂ ਧਾਮਾਂ ਤੋਂ ਸ਼ੁਰੂ ਹੋ ਕੇ ਕੌਮ ਨੂੰ ਨਸ਼ਾ ਮੁਕਤ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।